ਆਹੋ ਇੱਥੋਂ ਇਹਦੇ ਵਾਲੇ ਬਰੋਬਰ ਲਿਆਓ ਦੂਜੀ ਮਸ਼ੀਨ ਇੱਥੇ ਸਾਨੂੰ ਕੀ ਪਤਾ ਝੋਨਾ ਉੱਥੇ ਆਉਂਦੀ ਨਵੀਂ ਕਿੰਨੀ ਹੋਣੀ ਹੈ ਲਿਫਾਫੇ ਆ ਚੈੱਕ ਕਰ ਲਈ ਬਸ ਦੇਖ ਲਿਫਾਫੇ ਚ ਲਿਆ ਆ ਚੈੱਕ ਕਰ ਲੈ ਬਾਈ 28 ਹਾਂ 29 ਉਵੇਂ ਪਾਇਆ ਪਹਿਲਾਂ ਜਿਵੇਂ ਤੁਸੀਂ ਪਾਉਂਦੇ ਆ ਆਣ ਪਾ ਦੇ ਹੁਣ ਆਪਾਂ ਪਾਉਂਦੇ ਝੋਨਾ ਉਹੀ ਆਈ ਆ ਦੇਖ ਲਓ ਝੋਨਾ ਉਹੀ ਆ ਪਹਿਲਾਂ 28 ਆ ਦੇਖੀ ਬਾਈ ਪਰਾਂ ਮੜਾ ਆ ਦੇਖ 17 6 3.2 ਉੱਟ ਗਿਆ ਸਿੱਧਾ ਕਰਕੇ ਲੈ ਝੋਨਾ ਆ ਲਾਈਵ ਦਿਖਾਓ ਕੈਮਰਾ ਨੇੜੇ ਕਰੋ ਜੀ ਨਹੀਂ ਬਰਾਬਰ ਨੇੜੇ ਕਰੋ ਆ ਦੇਖੋ ਜੀ ਸਰੇਆਮ ਧੱਕਾ ਹੋ ਰਿਹਾ ਆਏ ਓਏ ਗਾਲ ਸੁਣ ਉਵੇਂ ਕਰ ਇੱਕ ਵਾਰੀ ਦੁਆਰ ਤੋਂ ਕਰ ਦੁਆਰ ਤੋਂ ਕਰੋ ਨਹੀਂ ਨਹੀਂ ਉਹ ਆ ਥੱਲੇ ਕਰ ਆ ਬਾਈ ਵਿੱਚੋਂ ਪਾ ਲਓ ਸ਼ਰੇਆਮ ਧੱਕਾ ਹੋ ਰਿਹਾ ਬਾਈ ਦੇਖੋ ਲੋਕਾਂ ਨੇ ਆਹ ਦੇਖੋ ਜੀ ਜੇ ਤਾਂ ਐਂ ਪਾਉਂਦੇ ਆ ਇਹ ਆ ਕੇ ਨਾ ਐਂ ਪਾਉਂਦੇ ਆ ਇਹ ਕਿੱਥੇ ਲਿਖਿਆ ਵੀ ਐਂ ਪਾਉਣਾ ਝੋਨਾ ਆਹ ਦੇਖੋ ਦੇਖੀ ਆਇਓ ਇਹ ਐਂ ਪਾਉਂਦੇ ਆ ਹੁਣ ਆਹ ਮੌਸਚਰ ਚੈੱਕ ਕਰਿਓ ਹੁਣ ਜੀ ਕਿੰਨਾ ਆ ਗਿਆ 28 ਜੀ 28 ਨੇੜੇ ਕਰਕੇ ਦਿਖਾ 28 ਆਹ ਦੇਖ ਲਓ ਜੀ ਤੇ ਹੁਣ ਇਹੀ ਝੋਨਾ ਦੇਖ ਲਓ ਇਹੀ ਝੋਨਾ ਖਾਲੀ ਮਸ਼ੀਨ ਦੇਖ ਲਓ ਖਾਲੀ ਪਾ ਦੇ ਆਹੀ ਝੋਨਾ ਆਪਾਂ ਆਹੀ ਝੋਨਾ ਆਪਾਂ ਡਾਇਰੈਕਟ ਪਾਇਆ ਉਮੀ 17 6 ਆਹ ਦੇਖ ਲਓ ਬਾਈ ਇਹਦੇ ਵਿੱਚ ਕਿਸਾਨਾਂ ਦਾ ਕੀ ਕਸੂਰ ਆ ਕਿਸਾਨਾਂ ਨੂੰ 10 ਦਿਨ ਹੋ ਗਏ ਬੈਠਿਆਂ ਨੂੰ ਇੱਥੇ ਕੀ ਕਸੂਰ ਆ ਦੱਸੋ ਉਹਨਾਂ ਦਾ ਆ ਹੋਰ ਢੇਰੀਆਂ ਦੇ ਦਿਖਾ ਦਿੰਨੇ ਆ ਕੱਲ ਬਾਈ ਲਾਈਵ ਰੋਜਾ ਕੱਲ ਧਰਨਾ ਲਾਇਆ ਸੀ ਅਜੀਤਵਾਲ ਵੀਰੇ ਤੇ ਡੀਸੀ ਸਾਹਿਬ ਨੇ ਕਿਹਾ ਸੀ ਵੀ ਅੱਜ ਆ ਕੇ ਸਾਨੂੰ ਮਿਲੋ ਉਹਨਾਂ ਨੂੰ ਐਸਡੀਐਮ ਸਾਹਿਬ ਨੂੰ ਮਿਲ ਕੇ ਆਏ ਆ ਅਸੀਂ ਉਹ ਕਹਿੰਦੇ ਅਸੀਂ ਹੱਲ ਕਰਾਂਗੇ ਤੇ ਜੇ ਨਾ ਹੱਲ ਹੋਇਆ ਆਹ ਦੇਖ ਲਓ ਵੀਰੇ ਇਹਨੂੰ ਡੋਲ ਵਿੱਚ ਚੱਕ ਕਰ 27 ਪਾ ਦੇ ਝੋਲੀ ਚ ਪਾ ਦੇ ਯਾਰ ਉਹ ਝੋਲੀ ਚ ਪਾ ਦੇ ਮੋਚਰ ਕੱਢਣਾ ਆਪਾਂ ਲੈ ਹੁਣ ਪੱਠਾ ਪਾ ਉਹੀ ਝੋਨਾ ਦੇ ਲੋ ਜੀ ਉਹੀ ਝੋਨਾ ਦੇ ਲੋ 21 7 19 1 ਨਾਲ ਹੀ ਫਰਕ ਪੈਂਦਾ ਤੇ ਇਹ ਆਪਾਂ ਨੂੰ ਬੁੱਧੂ ਬਣਾ ਰਹੇ ਆ ਦੂਜੀ ਨਾਲ ਕੱਢਦੇ ਆ ਜਾਗਰੂਕ ਇਹ ਬਾਈ ਸਾਰੇ ਜਾਣੇ ਦੇਖੋ ਆ ਜਿਹੜਾ ਐਂ ਪਾਉਣ ਨਾ ਦੋ ਇਹਨਾਂ ਨੂੰ ਮੰਡੀਆਂ 'ਚ ਜੇ ਐਂ ਪਾਉਂਦੇ ਆ ਨਾ ਤੇ ਇਹਨਾਂ ਨਾਲ ਗੱਲ ਕਰੋ ਵੀ ਐਂ ਕਿੱਥੇ ਲਿਖਿਆ ਇਹਨਾਂ ਤੋਂ ਪੁੱਛੋ ਵੀ ਕਿੱਥੇ ਲਿਖਿਆ ਵੀ ਐਂ ਪਾਉਣਾ ਵਾ ਪਾਉਣ ਦਾ ਹੀ 3 ਪੁਆਇੰਟਾਂ ਦਾ ਫਰਕ ਆ ਤੇ ਆਪਦਾ ਬਾਈ ਸਾਰੇ ਕਿਸਾਨ ਭਰਾਵਾਂ ਨੂੰ ਜਾਗਰੂਕ ਹੋਣ ਦੀ ਲੋੜ ਆ ਇਕੱਠੇ ਹੋਣ ਦੀ ਲੋੜ ਆ ਕੱਲ ਦਾ ਟਾਈਮ ਦਿੱਤਾ ਵਾ ਕੱਲ ਦਾ ਟਾਈਮ ਦਿੱਤਾ ਡੀਸੀ ਸਾਹਿਬ ਨੇ ਉਦੋਂ ਬਾਅਦ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਇਕੱਠੇ ਹੋ ਕੇ ਅਜੀਤਵਾਲ ਧਰਨਾ ਲਾਉਣਾ ਵਾ ਤੇ ਰੇਲ ਜਾਮ ਕੀਤੀ ਜੇ ਨਾ ਹੱਲ ਹੋਇਆ ਜੇ ਹੱਲ ਹੋਇਆ ਤਾਂ ਬਹੁਤ ਚੰਗੀ ਗੱਲ ਆ ਫੇਰ ਬਾਈ ਗੱਲ ਹੋ ਰਹੀ ਆ ਦੇਖੋ ਕਹਿੰਦੇ ਤੁਹਾਡਾ ਝੋਨਾ ਭਰਦੇ ਆ ਤੇ 4 ਬੋਰੀਆਂ ਸਾਨੂੰ 100 ਬੋਰੀ ਪਿੱਛੇ 4 ਬੋਰੀਆਂ ਦੋ 100 ਬੋਰੀ ਪਿੱਛੇ 4 ਬੋਰੀਆਂ ਇਹਨਾਂ ਨੂੰ ਦੇ ਕੇ ਤੇ ਸਾਨੂੰ ਕੀ ਬਚੂਗਾ ਝਾੜ ਪਹਿਲੇ ਘੱਟ ਚੱਕਿਆ ਸੀ ਝੋਨੇ ਦਾ ਜੀ ਝਾੜ ਪਹਿਲਾਂ 10 ਬੋਰੀਆਂ ਘੱਟ ਆ ਤੇ ਉੱਤੋਂ ਕਹਿੰਦੇ 100 ਬੋਰੀ ਪਿੱਛੇ 4 ਬੋਰੀਆਂ ਦੋ 4 ਬੋਰੀਆਂ ਜਾ ਕੇ 4 ਬੋਰੀਆਂ ਦੇ ਕੇ ਜਾਵਾਂਗੇ ਕਿੱਥੇ ਦੱਸੋ ਮਾਹੌਲ ਲੱਗ ਰਿਹਾ ਜੀ ਅਸੀਂ 50000 ਵਿੱਚੋਂ 14 ਬੋਰੀਆਂ ਉੱਡ ਗਈਆਂ ਸਾਡਾ ਤਾਂ ਪੱਲੇ ਕੀ ਰਹਿਣਾ ਦੱਸੋ ਤੁਸੀਂ ਆਪ ਡੀਜ਼ਲ 70 ਰੁਪਏ ਹੋਇਆ ਪਿਆ ਜੀ ਸਾਨੂੰ ਬਚੂਗੀ ਗੱਲ ਸੁਣੋ ਭਾਈ ਇਹ ਕਹਿੰਦੇ ਆ ਜੀ ਉਹਨਾਂ ਨੂੰ ਘਾਟਾ ਪਿਆ ਸੈਲਰ ਵਾਲਿਆਂ ਨੂੰ ਹਨਾ 10 ਬੋਰੀਆਂ ਹੁਣ ਕਿਸਾਨ ਦੀਆਂ ਝਾੜ ਘਾਟਾ ਤੇ ਹੁਣ ਸਾਨੂੰ ਡੀਜ਼ਲ ਘੱਟ ਦੇ ਦੇਣਗੇ ਹੁਣ 50 ਰੁਪਏ ਡੀਜ਼ਲ ਦੇ ਦੇਣਗੇ ਇਹ ਵੀ ਤੁਹਾਡਾ ਝੋਨਾ ਘੱਟ ਨਿਕਲਿਆ ਤੇ 50 ਰੁਪਏ ਡੀਜ਼ਲ ਦਿੰਦੇ ਦੇ ਦੇਣਗੇ ਇਹ ਕਿੰਨਾ ਆ ਗਿਆ 27 ਜੀ 27 ਕਾਪੀ ਲਿਆਓ ਰੇ ਇੱਥੇ ਪਾ ਦੇ ਝੋਲੀ ਚ ਪਾ ਉਹੀ ਝੋਨਾ ਦੇਖ ਉਹੀ ਝੋਨਾ ਉਹਦੇ ਵਿੱਚ ਪਾਉਣਾ ਹੀ ਆ ਦੇਖੋ ਕੋਈ ਬਾਹਰੋਂ ਨਹੀਂ ਕੋਈ ਕਿਤੋਂ ਨਹੀਂ ਆ ਝੋਨਾ ਹੀ ਇਹ ਲਓ ਜੀ ਉਹੀ ਪਾਤਾ ਤੇ ਹੁਣ ਦੇਖ ਲਓ ਜਿਹੜਾ ਕਿੰਨਾ ਆਊਗਾ 19 7 ਜੀ ਆ ਦੇਖ ਲਓ ਜੀ 2 ਤੋਂ 2.5 ਉੱਡ ਜਾਂਦੇ ਆ ਆ ਦੇਖ ਲਓ ਸ਼ਰੇਆਮ ਧੱਕਾ ਹੋ ਰਿਹਾ ਬਾਈ ਧੱਕਾ ਸ਼ਰੇਆਮ ਜੇ ਉੱਪਰ ਲਾ ਪਾਉਣ ਲੱਗਿਆ ਇਹ ਕਹਿੰਦਾ ਪੀਲੇ ਗਿਆ ਸੁਣ ਯਾਰ ਢੋਲ ਤੇ ਤੂੰ ਨਾ ਝੋਨਾ ਹੋਰ ਲੈ ਲਾਂਗੇ ਯਾਰ ਫੜ ਝੋਨਾ ਹੀ ਆ ਦੱਸ ਤਨਖਾਹ ਘੱਟ ਦਿੰਦੇ ਯਾਰ ਉਹ ਬਾਲਾ ਮਾਰਦੇ ਆ ਆ ਦੇਖ ਲੋ ਬਾਈ ਜਿਵੇਂ ਇਹ ਪਾਉਂਦੇ ਆ ਇਹ ਸਾਨੂੰ ਐਂ ਦੱਸਣ ਵੀ ਇਹ ਕਿੱਥੇ ਲਿਖਿਆ ਵੀ ਐਂ ਪਾਉਣਾ ਵਾ ਸਾਨੂੰ ਐਂ ਦੱਸ ਦੇਣ ਇੱਧਰ ਦੇਖੋ ਬਾਈ ਦੇਖੋ ਵੀਰੋ ਇਹ 20 ਮੌਚਰ ਆਇਆ ਬਾਈ ਇਹਦਾ 23 ਆ ਜੀ 23 ਉਹੀ ਝੋਨਾ ਮਸ਼ੀਨ ਕਲੀਅਰ ਕਰਾ ਦਿਆ ਕਰਕੇ ਪਾਦੇ ਪਾਦੇ ਕੱਥਾ ਪਾਦੇ ਫਿਰ ਵਾਜਣ ਉਹੀ ਜੋ ਨਾ ਬਾਈ 17-6 ਆ ਨੇੜੇ ਕਰਕੇ ਮੋਨੇ ਦਿਖਾ ਦੇ 17-6 3 ਪੁਆਇੰਟ ਦਾ ਫਰਕ ਆ ਇਹਦੇ ਚ ਪਾ ਦੇ ਆ ਜੋ ਨਾਲੇ ਪਾ ਦੇ ਹੁਣ ਬਾਈ ਉਹ ਗੇੜ ਕੇ ਆਈ ਮਸ਼ੀਨ ਆਉਂਦੀ ਆ ਆਪਾਂ ਉਹਦੇ ਚ ਕੱਢਣਾ ਉਹ ਲਿਆਂਦੀ ਉਹਨੇ ਬਾਈ ਨੇ ਇਹ ਫਰਕ ਦੇਖ ਲੋ ਬਾਈ ਕਿੰਨਾ ਧੱਕਾ ਕਰਦੇ ਆ ਇਹ ਆ ਕਿੰਨਾ ਦਾ ਭਰੋ ਆ ਇਹਨਾਂ ਦਾ ਭਰੋ ਇਹਨਾਂ ਦਾ ਭਰੋ ਲੈ ਫੜਾ ਦੇ ਮੈਨੂੰ ਹੀ ਫੜਾ ਦੇ 5 ਦਿਨ ਹੋ ਗਏ 5 ਦਿਨ ਬਾਈ ਹਵਾ ਛੱਡ ਦੋ ਮਾੜੀ ਆ ਦੇਖ ਲਓ ਆਪਣੇ ਦੋਨੇ ਕਰ ਦੇ ਲਓ ਆ ਦੇਖ 5 ਦਿਨ ਹੋ ਗਏ ਭਰਾਵਾ 5 ਦਿਨ ਬੈਠਿਆਂ ਨੂੰ 5 ਦਿਨ ਆ ਦੇਖ ਲਓ ਜੀ 5 ਕੀ 10-10 ਦਿਨ ਹੋ ਗਏ ਲੋਕਾਂ ਨੂੰ ਬੈਠਿਆਂ ਨੂੰ ਜੀ ਇਹ ਆਪਦੇ ਨਾ ਆਪਦੇ ਹੀ ਸਟੇ ਲਾ ਕੇ ਵੀ ਆਏ ਹੋਣਾ ਤੇ ਆਪ ਬੁੱਧੂ ਬਣਾਈ ਜਾਂਦੇ ਆ ਲੋਕਾਂ ਨੂੰ ਆ ਦੇਖ ਲਿਓ 25-2 ਹੁਣ ਡੋਲ ਦੇ ਆ ਹੁਣ ਆ ਦੇਖ ਉਹ ਪਹਿਲਾਂ ਪਾਲੇ ਦਾ ਤਾਂ ਨਾ ਚੱਕਿਆ ਕਰ 25-2 ਸੀਗਾ ਜੀ ਹੁਣ ਇਹ ਲਓ ਜੀ 4.2 ਉੱਡ ਗਿਆ ਜੀ 4.2 ਉੱਡ ਗਿਆ ਆ ਦੇ ਲਾ ਲਓ ਹਿਸਾਬ 4.5 ਉੱਡ ਗਿਆ 4.4 ਉੱਡ ਗਿਆ ਜੀ ਆ ਦੇ ਲਓ ਪੌਣ ਨਾਲ ਹੀ ਵਰਕ ਦੇ ਲਓ ਜੀ ਇਹ ਸਰਕਾਰੀ ਮਸ਼ੀਨ ਆ ਇਹ ਜਿਹੜੀ ਇਹਨਾਂ ਕੋਲ ਹੈ ਨਵਾਂ ਝੋਨਾ ਆ ਗਿਆ ਇਹ ਮਸ਼ੀਨ ਤੇ ਚੱਕਰ ਨਾ ਪਾਉ ਤੁਸੀਂ ਆ ਇਹ ਉਹ ਤੋਂ ਚੱਕਰ ਮਸ਼ੀਨ ਹੋ ਰਹੀ ਹੈ ਨਾਲ ਆ ਦੇਖ ਆਏ ਉਹ ਪਾਉਂਦੇ ਆ ਜੀ ਪਾਉਣ ਦਾ ਹੀ ਫਰਕ ਦੇਖ ਲਓ ਪਾ ਦੇ ਉਹਨਾਂ ਕੋਲ ਡੋਲ ਇਹ ਉਹ ਪਾਉਂਦੇ ਆ ਦਾਣਾ ਦਾਣਾ ਕਰਕੇ ਐਂ ਪਾਉਂਦੇ ਆ ਜੀ ਉਹ ਹੱਥਾਂ ਨਾਲ ਮੋਚਰ ਵੱਧਦਾ ਤੂੰ ਵੀ ਇਨਸਪੈਕਟਰ ਦੀ ਗੱਲ ਆ ਜੀ ਇਹਨੂੰ ਉੱਤੇ ਪਾ ਦਾਣੇ ਡਰਾਵ ਲੈਵਲ ਤੇ ਕਰ ਰਹੇ ਜੀ 17 ਜੀ 17 ਹੁਣ ਇਹੀ ਝੋਨਾ ਹੱਥਾਂ ਨਾਲ ਮੋਚਰ ਵੱਧਦਾ ਇਹੀ ਝੋਨਾ ਦੇਖ ਲਓ ਜੀ ਦਾਣੇ ਤਾਂ ਨਹੀਂ ਹੋਰ ਕਿਤੋਂ ਲਿਆਂਦੇ 5 ਦਿਨ ਅਸੀਂ ਇੱਥੇ ਐਵੇਂ ਬੈਠੇ ਆ 14 ਰਹਿ ਗਿਆ ਜੀ ਆ 14 ਰਹਿ ਗਿਆ 15 ਰਹਿ ਗਿਆ ਆ 2 ਉੱਡ ਗਿਆ ਸੁੱਕੇ ਚ ਵੀ 2 ਉੱਡ ਗਿਆ ਆ ਦੇਖ ਲਓ ਇਹਨਾਂ ਨੂੰ ਕੁੱਪੀ ਲਾਓ ਹੁਣ ਦੱਸੋ ਬਾਈ ਹੁਣ ਦੱਸੋ ਬਹੁਤ ਜ਼ਿਮੀਦਾਰ ਦਾ ਧੱਕਾ ਬਾਈ ਬਹੁਤ ਜਮਾ ਧੱਕਾ ਬਾਈ ਕਰ ਰਹੇ ਆ ਜਮਾ ਧੱਕਾ ਉਹ ਤੇਰੀ ਪੱਖੇ ਹੀ ਜਾ ਦਿਓ ਇਹ ਬਾਈ ਕਿਸਾਨਾਂ ਨੂੰ ਇਕੱਠੇ ਹੋਣ ਦੀ ਲੋੜ ਪੈਣੀ ਆ ਫੇਰ ਇਹ ਧੱਕਾ ਰੁਕਣਾ ਨਹੀਂ ਧੱਕਾ ਰੁਕਣਾ ਇਹ ਸਾਰੇ ਧਰਨੇ ਲਾਓ ਬਾਈ ਧਰਨੇ ਆਪਦੇ ਥਾਵਾਂ ਤੇ ਇਹ ਆਪਣਾ ਝੋਨਾ ਨਹੀਂ ਵਿਕਣਾ ਸਾਡਾ ਰੋਗੂ ਜੀ ਮੰਡਿਆ ਜੋ ਆ ਦੇਖ ਲਓ ਜੀ ਦੇਖ ਲਓ ਸਾਡੇ 4 ਕਿੱਲੇ ਵੱਡੇ 40 ਵੱਢਣ ਵਾਲੇ ਪਏ ਹਾਲੇ ਦੇਖ ਲਓ 21-3 ਉਹੀ ਝੋਨਾ ਦੇ ਲਿਓ ਹੁਣ ਫੇਰ ਭਾਂ ਜੋ ਚੌਲ ਤਾਂ ਨਿਕਲੀ ਜਾਂਦੇ ਆ ਸਾਰਾ ਦੋ ਆ ਦੇਖ ਲਾ ਐਸਡੀਐਮ ਨਾਲ ਗੱਲ ਹੋ ਗਈ ਉਹ ਮੰਡੀ ਚਾਉਣਗੇ ਜਦੋਂ ਆ ਗਏ ਐਸਡੀਐਮ ਸਾਹਿਬ ਨਾਲ ਗੱਲ ਹੋਈ ਆ ਮੰਡੀ ਜਾਣਗੇ ਮੰਡੀ ਜਾ ਕੇ ਗੱਲ ਕਰਨਗੇ ਉਹ ਓਏ ਆ ਜਾਓ ਹੁਣ ਗੇੜ ਕੇ ਵਾਲੀ ਮਸ਼ੀਨ